ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। क्वेश्चन कह रहे हैं द इंटरवल इन विच y इज इक्वल टू x स्क्वायर e टू द पावर माइनस x इज इंक्रीजिंग। ते सानु इथे एक दिता है y a बराबर है x द पावर 2 e द पावर माइनस x के बराबर, और पूछ रहे हैं कि a इंटरवल केड़े इंटरवल च a इंक्रीज करेगा। ते सब तो पहला सानु fx f dash x ਇਹ ਦੀ ਕੱਢਾਂਗੇ, ਤੇ f dash x ਕੱਢਣ ਲਈ ਇਹਦਾ ਡਿਫਰੈਂਸ਼ੀਏਸ਼ਨ ਕੱਢਾਂਗੇ, ਤੇ ਇਹ ਹੋ ਜਾਏਗਾ x ਦੇ ਰਿਸਪੈਕਟ ਨਾਲ dy dx x ਸਕੁਆਇਰ e ਦੀ ਪਾਵਰ ਮਾਈਨਸ x। ਹੋਰ ਸਾਨੂੰ ਫਾਰਮੂਲਾ ਪਤਾ ਹੈ dy dx u v ਦਾ ਫਾਰਮੂਲਾ ਹੁੰਦਾ ਹੈ u dv by dx plus v du by dx। ਇੱਥੇ u ਹੈ x ਸਕੁਆਇਰ ਔਰ v ਹੈ e ਦੀ ਪਾਵਰ ਮਾਈਨਸ x, ਤੇ ਇਹ ਹੋ ਜਾਏਗਾ x ਸਕੁਆਇਰ dy dx e ਦੀ ਪਾਵਰ ਮਾਈਨਸ x ਪਲੱਸ e ਦੀ ਪਾਵਰ ਮਾਈਨਸ x dy dx x ਦੀ ਪਾਵਰ 2। ਹੁਣ dy dx e ਦੀ ਪਾਵਰ x ਦਾ ਹੁੰਦਾ ਈ ਦੀ ਪਾਵਰ ਐਕਸ ਡਿਫਰੈਂਸ਼ੀਏਸ਼ਨ, ਔਰ ਡੀ ਦੀ ਪਾਵਰ ਡੀ ਐਕਸ ਐਕਸ ਦੀ ਪਾਵਰ ਐਨ ਦਾ ਡਿਫਰੈਂਸ਼ੀਏਸ਼ਨ ਹੁੰਦਾ ਐਨ ਐਕਸ ਐਨ ਦੀ ਪਾਵਰ ਐਨ ਮਾਈਨਸ 1। ਤੇ ਇਹ ਹੋ ਜਾਏਗਾ ਐਕਸ ਸਕੁਆਇਰ, ਇੱਥੇ ਹੋ ਜਾਏਗਾ ਈ ਦੀ ਪਾਵਰ ਮਾਈਨਸ ਐਕਸ, ਔਰ ਇਹਦੀ ਫਿਰ ਇਹਦੀ ਵੀ ਕਰਾਂਗੀ ਡਿਫਰੈਂਸ਼ੀਏਸ਼ਨ, ਤੇ ਇਹ ਮਾਈਨਸ ਵਿੱਚ ਆ ਜਾਏਗਾ ਪਲੱਸ ਈ ਦੀ ਪਾਵਰ ਮਾਈਨਸ ਐਕਸ, ਔਰ ਇੱਥੋਂ ਹੋ ਜਾਏਗਾ ਇਹਦੀ 2 ਇਹਦਾ n ਇੱਥੇ 2 ਵੇ, ਔਰ x n minus 1 ਮਤਲਬ 2 minus 1 ਇੱਕ ਹੋ ਜਾਏਗਾ, ਤੇ ਇਹ ਹੋ ਜਾਏਗਾ x। ਇੱਥੋਂ ਆਪਾਂ e ਦੀ ਪਾਵਰ minus x ਨੂੰ ਕਾਮਨ ਕੱਢ ਸਕਦੇ ਹਾਂ, ਔਰ ਇੱਥੋਂ x ਵੀ ਕਾਮਨ ਕੱਢ ਸਕਦੇ ਹਾਂ, ਤੇ x e ਦੀ ਪਾਵਰ minus x ਇੱਥੇ ਬਚ ਜਾਏਗਾ 2 minus x, ਇਹ ਸਾਡਾ ਨਿਕਲ ਗਿਆ f ਡੈਸ਼ x। ਹੁਣ ਅਸੀਂ ਕੱਟਾਂਗੇ f ਡੈਸ਼ x ਕ੍ਰਿਟੀਕਲ ਪੁਆਇੰਟ ਤੇ ਕੱਟਾਂਗੇ, ਤੇ ਸਾਨੂੰ ਪਤਾ ਹੈ ਜਦੋਂ f ਡੈਸ਼ x 0 ਦੇ ਬਰਾਬਰ ਹੁੰਦਾ ਹੈ ਤਦੋਂ ਸਾਨੂੰ ਕ੍ਰਿਟੀਕਲ ਪੁਆਇੰਟ ਮਿਲ ਜਾਏਗਾ। ਤੇ ਹੁਣ ਵੇਖਨੇ ਆ f ਡੈਸ਼ x ਇਹ ਵੀ ਕਦੋਂ 0 ਦੇ ਬਰਾਬਰ ਹੁੰਦਾ ਹੈ, ਤੇ ਇਹਦਾ ਮਾਨ ਰੱਖ ਦਾਂਗੇ x e ਦੀ ਪਾਵਰ ਮਾਈਨਸ x 2 ਮਾਈਨਸ x ਬਰਾਬਰ 0। ਹੋਰ ਸਾਨੂੰ ਪਤਾ ਹੈ ਕਿ e ਦੀ ਪਾਵਰ ਮਾਈਨਸ x ਹਮੇਸ਼ਾ ਵੱਡਾ ਹੋਏਗਾ 0 ਤੋਂ, ਇਸ ਲਈ ਇੱਥੋਂ ਹੋ ਜਾਏਗਾ x 2 ਮਾਈਨਸ x ਬਰਾਬਰ ਹੋ ਜਾਏਗਾ 0। ਇੱਥੋਂ ਆ ਜਾਏਗਾ ਕਿ ਜਾਂ ਤੇ x 0 ਦੇ ਬਰਾਬਰ ਹੋਏਗਾ ਜਾਂ 2 ਮਾਈਨਸ x 0 ਦੇ ਬਰਾਬਰ ਹੋਏਗਾ, ਤੇ ਇੱਥੋਂ x ਦੀ ਮਾਨ ਆ ਜਾਏਗਾ 2। ਹੁਣ ਇਹਨੂੰ ਅਸੀਂ ਨੰਬਰ ਲਾਈਨ ਤੇ ਵੇਖ ਲੈਂਦੇ ਹਾਂ। ਇਹ ਮੰਨ ਲਓ 0 ਹੈ, ਇਹ ਹੋ ਗਿਆ ਪੋਜ਼ਿਟਿਵ ਇਨਫਿਨਿਟਿਵ, ਉਹ ਹੋ ਗਿਆ ਮਾਈਨਸ ਇਨਫਿਨਿਟਿਵ, ਤੇ ਇੱਥੇ ਹੁਣ ਜਿਹੜਾ ਸਾਡਾ ਇੰਟਰਵਲ ਬਣ ਰਿਹਾ ਉਹ ਵੀ ਮਾਈਨਸ ਇਨਫਿਨਿਟਿਵ ਤੋਂ 0 ਔਰ 1 ਇੱਕ ਇੱਥੇ, ਕਿਉਂਕਿ ਦੋ ਮਾਨ ਨਿਕਲੇ ਨੇ x ਤੇ 0 ਹੋਰ 2, ਤੇ ਇੱਕ ਹੋ ਜਾਏਗਾ 0 ਤੋਂ 2 ਇੱਕ ਇੰਟਰਵਲ, ਤੇ ਇੱਕ ਇੰਟਰਵਲ ਹੋ ਜਾਏਗਾ 2 ਤੋਂ ਇਨਫਿਨਿਟੀ। ਹੁਣ ਅਸੀਂ ਸਭ ਤੋਂ ਪਹਿਲਾਂ ਇੰਟਰਵਲ ਜਿਹੜਾ ਇੱਕ ਤਰਫ ਲਿਖ ਲੈਨੇ ਆ, ਇੰਟਰਵਲ ਵੇਖ ਲੈਨੇ ਆ ਕਿਹੜੇ ਇੰਟਰਵਲ ਚ fx ਦਾ ਮਾਨ ਜਿਹੜਾ ਹੈ ਉਹ ਇਨਕਰੀਜ਼ ਕਰੇਗਾ f'x ਦਾ। ਤੇ ਇੱਥੇ ਇੰਟਰਵਲ ਫਸਟ ਇੰਟਰਵਲ ਜਿਹੜਾ ਆਪਾਂ ਦਿੱਤਾ ਹੋਇਆ ਹੈ ਮਾਈਨਸ ਇਨਫਿਨਿਟੀ ਤੋਂ
जीरो ते एफ डैश एक्स से यानी क्लियर एक्स ई दी पावर माइनस एक्स दो माइनस एक्स होने थे जो इनफिनिटी तो जीरो दे विच का रहे ते एक्स का मान की हो जाएगा ए हो जाएगा नेगेटिव फिर ए हो जाएगा ई दी पावर माइनस एक्स पॉजिटिव हो जाएगा फिर ए गुना ए दो माइनस एक्स ए भी पॉजिटिव होएगा ते पॉजिटिव और नेगेटिव नु जदों मल्टीप्लाई करेंगे ते ए नेगेटिव आएगा ते नेगेटिव मतलब जीरो हो तो कट हो या मान एदा मतलब होया कि ए डिक्रीजिंग है एफ एक्स एफ डैश एक्स का मान फिर अपन कटेंगे जीरो तो दो दे विचकार ते एथे जीरो तो दो दे विचकार जदों एफ डैश एक्स x का मान जब 0 तो 2 होएगा तो x का मान इतने पॉजिटिव हो गया फिर e की पावर माइनस x ए भी पॉजिटिव होएगा और 2 माइनस x भी पॉजिटिव होएगा तो ए पॉजिटिव होएगा मतलब 0 तो बड़ा ए हो गया इंक्रीजिंग इंक्रीजिंग फिर हो गया साडा 2 तो इनफिनिटी इथे हो जाएगा 2 तो इनफिनिटी जब होएगा x का मान पॉजिटिव गुना e की पावर माइनस x ए भी पॉजिटिव होएगी ते 2 माइनस x 2 तो बड़ा होएगा ते वो नेगेटिव हो जाएगी मान मतलब एदा जेड़ा गुना होएगा ए माइनस भी आएगा माइनस का मतलब होया कि ए 0 तो छोटा डिक्रीजिंग हो रहे है और सानू पूछिए एफ डैश एक्स कदों इंक्रीजिंग होएगा तो इंक्रीजिंग है जीरो तो दो दे इंटरवल चे ते एदा मतलब आंसर है एफ डैश एक्स ग्रेटर देन जीरो वे जीरो तो दो दे इंटरवल दे विचकार यही अपना आंसर हो जाएगा धन्यवाद